ਸੋ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸਾਥ ਦੇਣਗੇ ਡਾਕਟਰ ਕਾਲਾ ਸਿੰਘ ਜਿਹੜੇ ਕਿ ਇੱਕ MBBS ਡਾਕਟਰ ਹਨ ਅਤੇ ਉਸਦੇ ਨਾਲ ਇੱਕ ਸਪਿਰਿਚੁਅਲਿਸਟ ਹਨ। ਸਿੱਖ ਧਰਮ ਦੇ ਵਿੱਚ ਇਹਨਾਂ ਦਾ ਬਹੁਤ ਅਥਾਹ ਵਿਸ਼ਵਾਸ ਹੈ ਅਤੇ ਰਿਸਰਚ ਕਰਕੇ ਇਹ ਸਿੱਖੀ ਦਾ ਜੋ ਮੈਸੇਜ ਹੈ ਉਸਨੂੰ ਫੈਲਾ ਰਹੇ ਨੇ। ਅੱਜ ਦਾ ਵਿਸ਼ਾ ਜਿਸ ਦੇ ਬਾਰੇ ਅਸੀਂ ਗੱਲਬਾਤ ਕਰਨ ਜਾ ਰਹੇ ਇੱਕ ਬਹੁਤ ਹੀ ਇੰਟਰਸਟਿੰਗ ਟੋਪਿਕ ਹੈ ਮਿਰੇਕਲਸ ਦੇ ਸੰਬੰਧ ਵਿੱਚ ਕਿ ਸਿੱਖੀ ਦੇ ਵਿੱਚ ਮਿਰੇਕਲਸ ਪ੍ਰਵਾਨ ਨੇ। ਆਮ ਤੌਰ 'ਤੇ ਅਸੀਂ ਬਹੁਤ ਸਾਰੀਆਂ ਐਸੀ ਕਥਾ ਸੁਣਦੇ ਹਾਂ ਜਿਸ ਦੇ ਵਿੱਚ ਕਿ ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਸਾਹਿਬ ਮੱਕਾ ਜਦੋਂ ਗਏ ਸੀ ਤਾਂ ਉਹਨਾਂ ਨੇ ਪੈਰ ਜੋ ਸੀ ਉਹ ਮੱਕੇ ਵੱਲ ਕੀਤਾ ਅਤੇ ਕਿਸੇ ਨੇ ਆ ਕੇ ਉਹਨਾਂ ਦਾ ਪੈਰ ਘੁਮਾਇਆ ਤਾਂ ਮੱਕਾ ਵੀ ਉਸ ਪਾਸੇ ਘੁੰਮ ਪਿਆ। ਜਾਂ ਫਿਰ ਭਗਤ ਨਾਮਦੇਵ ਜੀ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਕਿਹਾ ਜਾਂਦਾ ਕਿ ਮੰਦਰ ਘੁੰਮ ਗਿਆ ਸੀ। ਕੀ ਇਹ ਵਾਕਿਆ ਜੀ ਹਕੀਕਤ ਹੈ? ਇਹ ਚੀਜ਼ਾਂ ਕਿਉਂ ਪ੍ਰਚਲਿਤ ਹੋ ਰਹੀਆਂ ਨੇ ਅਤੇ ਇਸ ਵਾਸਤੇ ਕੀ ਕੁਛ ਕਰਨ ਦੀ ਲੋੜ ਹੈ? ਉਹ ਜਾਣਕਾਰੀ ਲੈਣੀ ਡਾਕਟਰ ਕਾਲਾ ਸਿੰਘ ਤੋਂ। ਜੈ ਹਿੰਦ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਹਰਪ੍ਰੀਤ ਸਿੰਘ ਜੀ, ਜਿੱਦਾਂ ਹੁਣ ਭਗਤ ਨਾਮਦੇਵ ਜੀ ਦੇ ਬਾਰੇ ਇੱਕ ਕਥਾ ਬੜੀ ਪ੍ਰਚਲਿਤ ਹੈ, ਪਹਿਲੇ ਸ਼ਬਦ ਹੈ 1164 ਅੰਗ ਦੇ ਉੱਪਰ ਜੀ ਕਿ ਹਸਤ ਖੇਲੇ ਤੇ ਤੇਰੇ ਦੇਹਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ, ਜੀ ਹੀਨੜੀ ਜਾਤ ਮੇਰੀ ਜਾਤ ਮਰਾਇਆ, ਛੀਪੇ ਕੇ ਜਨਮ ਕਾਹੇ ਕੋ ਆਇਆ, ਰਹਾਓ ਲੈ ਕਮਲੀ ਚੱਲਿਓ ਪਲਟਾਏ, ਦੇਹਰੇ ਪਾਛੇ ਬੈਠਾ ਜਾਏ, ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਭਗਤ ਜਨਾ ਕੋ ਦੇਹਰਾ ਫਿਰੈ। ਕਹਿੰਦੇ ਨੇ ਜੀ ਇੱਕ ਦਿਨ ਭਗਤ ਨਾਮਦੇਵ ਜੀ ਹੱਸਦੇ ਹੁਸਦੇ ਚਿਤਾਬਾ ਜਾ ਕੇ ਮੰਦਰ ਜਾ ਕੇ ਮੈਂ ਭਗਤੀ ਕਰਦਾ ਹਾਂ ਜੀ, ਅਤੇ ਮੈਂ ਭਗਤੀ ਕਰਨ ਮੰਦਰ ਚਲਾ ਗਿਆ ਅਤੇ ਪੰਡਿਤਾਂ ਨੇ ਮੈਨੂੰ ਇੱਕ ਤੂੰ ਛਿੰਬਾਇਆ ਕਹਿ ਕੇ ਅਤੇ ਮੈਨੂੰ ਮਾਰਿਆ ਕੁੱਟਿਆ ਅਤੇ ਮੈਨੂੰ ਬਾਹਰ ਕੱਢਤਾ, ਔਰ ਮੈਂ ਮੰਦਰ ਦੇ ਪਿੱਛੇ ਜਾ ਕੇ ਬਹਿ ਕੇ ਭਗਤੀ ਕਰਨ ਲੱਗ ਪਿਆ ਜੀ, ਅਤੇ ਮੈਂ ਰੱਬ ਨੂੰ ਕਿਹਾ ਵੀ ਦੱਸ ਮੈਂ ਤਾਂ ਕੀ ਗਲਤੀ ਕੀਤੀ ਸੀਗੀ ਕਿ ਮੈਨੂੰ ਛਿੰਬੇ ਦੇ ਜਨਮ ਤੂੰ ਦਿੱਤਾ ਆ, ਮੈਂ ਤੇਰੀ ਭਗਤੀ ਨਹੀਂ ਕਰ ਸਕਦਾ। ਤਾਂ ਰੱਬ ਨੇ ਚੁੱਕ ਕੇ ਮੰਦਰ ਘੁੰਮਾ ਦਿੱਤਾ ਅਤੇ ਮੇਰੇ ਵੱਲ ਨੂੰ ਮੂੰਹ ਕਰ ਦਿੱਤਾ ਮੰਦਰ ਦਾ ਅਤੇ ਪੰਡਿਤਾਂ ਵੱਲ ਨੂੰ ਪਿੱਛਾ ਕਰ ਦਿੱਤਾ ਜੀ। ਹੁਣ ਕਈ ਲੋਕ ਜਾਂਦੇ ਵੀ ਨੇ ਉਸ ਮੰਦਰ ਦੇ ਵਿੱਚ, ਮੈਂ ਕਈ ਪ੍ਰਚਾਰਕਾਂ ਦੇ ਮੂੰਹ 'ਤੇ ਵੀ ਸੁਣਿਆ ਵੈਸੇ ਕਿ ਉਹ ਪ੍ਰਚਾਰਕ ਕਹਿੰਦੇ ਨੇ ਕਿ ਮੈਂ ਦੇਖ ਕੇ ਆਇਆ ਵਾ ਮੰਦਰ ਘੁੰਮਿਆ ਹੋਇਆ ਵਾ, ਅਤੇ ਮੂਰਤੀਆਂ ਦਾ ਜਿਹੜਾ ਮੂੰਹ ਆ ਉਹ ਪਰਲੇ ਪਾਸੇ ਨੂੰ ਵਾ ਕੁਛ ਦਾ, ਅਤੇ ਮੰਦਰ ਮੰਦਰ ਜਿਹੜਾ ਵਾ ਉਹ ਪਿਛਲੇ ਪਾਸੇ ਨੂੰ ਘੁੰਮਿਆ ਹੋਇਆ ਵਾ, ਅਸੀਂ ਦੇਖ ਕੇ ਆਏ ਹਾਂ ਜੀ। ਹੁਣ ਇਹ ਜਿਹੜਾ ਜਿੰਨੀ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਹੈ ਜੀ, ਉਹ ਸਾਰੀ ਦੀ ਸਾਰੀ ਸੈਂਟੀਫਿਕ ਤੌਰ ਦੇ ਉੱਪਰ ਚੱਲਦੀ ਹੈ। ਠੀਕ ਹੈ। ਹੁਣ ਇਹ ਸਾਇੰਟੀਫਿਕਲੀ ਪੋਸੀਬਲ ਨਹੀਂ ਹੋ ਵੀ ਇੱਕ ਸੀਮਿੰਟ ਦਾ ਬਣਿਆ ਹੋਇਆ ਬਿਲਡਿੰਗ ਘੁੰਮ ਜਾਵੇ ਜੀ। ਇਹਦੇ 'ਚ ਦੋ ਸਵਾਲ ਪੈਦਾ ਹੁੰਦੇ ਨੇ। ਪਹਿਲਾ ਸਵਾਲ ਇਹ ਹੁੰਦਾ ਕਿ ਕੀ ਭਗਤ ਨਾਮਦੇਵ ਜੀ ਮੂਰਤੀ ਪੁਜਾਰੀ ਸਨ? ਕੀ ਭਗਤ ਨਾਮਦੇਵ ਜੀ ਮੰਦਰ ਜਾਂਦੇ ਸੀਗੇ ਜੀ? ਦੂਜਾ ਸਵਾਲ, ਇਹ ਸਵਾਲ ਅਸੀਂ ਭਗਤ ਜੀ ਦੇ ਕੋਲੋਂ ਖੁਦ ਕੋਲੋਂ ਪੁੱਛੀਏ ਪਹਿਲਾਂ। ਰਾਈਟ। ਕਿ ਭਗਤ ਜੀ ਤੁਸੀਂ ਮੂਰਤੀ ਪੂਜਾ ਕਰਦੇ ਹੋ, 525 ਅੰਗ ਦੇ ਉੱਪਰ ਇੱਕ ਹੈ ਪਾਥਰ ਕੀਜੇ ਭਾਉ, ਦੂਜੇ ਪਾਥਰ ਧਰੀਏ ਭਾਉ, ਜੇ ਉਹ ਦਿਓ ਤਾਂ ਉਹ ਵੀ ਦੇਵਾ, ਕਹਿ ਨਾਮ ਦਿਓ ਹਮ ਹਰ ਕੀ ਸੇਵਾ। ਭਗਤ ਜੀ ਕਹਿੰਦੇ ਨੇ ਕਿ ਜੇ ਇੱਕ ਪੱਥਰ ਨੂੰ ਲੈ ਕੇ ਅੱਧੇ ਨੂੰ ਕੱਟ ਕੇ ਤਾਂ ਮੂਰਤੀ ਬਣਾ ਦਿੱਤੀ, ਅੱਧੇ ਨੂੰ ਕੱਟ ਕੇ ਤਾਂ ਉਹ ਜ਼ਮੀਨ ਦੇ ਉੱਪਰ ਲਗਾ ਦਿੱਤਾ, ਇੱਕ ਪੱਥਰ ਨੂੰ ਜਿਹਦੀ ਮੂਰਤੀ ਬਣਾ ਦਿੱਤੀ ਉਹਦੀ ਪੂਜਾ ਕਰਦੇ ਹਾਂ, ਅਤੇ ਦੂਜਾ ਪੱਥਰ ਨੇ ਉਹਨੇ ਦੇਵਤਾ ਹੈਗਾ ਜਿਹਦੇ ਉੱਪਰ ਅਸੀਂ ਪੈਰ ਰੱਖ ਕੇ ਜਾਂਦੇ ਹਾਂ, ਇਸ ਵਾਸਤੇ ਮੈਂ ਤਾਂ ਪੱਥਰਾਂ ਦੀ ਪੂਜਾ ਹੀ ਨਹੀਂ ਕਰਦਾ, ਮੈਂ ਤਾਂ ਰੱਬ ਦੀ ਸੇਵਾ ਕਰਦਾ ਹਾਂ ਜੀ। ਇੱਥੇ ਇੱਕ ਚੀਜ਼ ਹੋਰ ਦੇਖਣ ਦੀ ਗੱਲ ਹੈ, ਕਿਉਂਕਿ ਅਸੀਂ ਅੱਗੇ ਜਾ ਕੇ ਦੇਖਾਂਗੇ ਕਿ ਕਹਿ ਨਾਮ ਦਿਓ, ਜਿੱਥੇ ਭਗਤ ਜੀ ਨੇ ਆਪਣਾ ਨਾਮ ਦਿੱਤਾ ਨਾ ਉੱਥੇ ਨਾਮ ਦਿਓ ਜਾਂ ਨਾਮ ਦੇਵ ਆਪਣੇ ਦੋ ਲਫ਼ਜ਼ ਇਹ ਇਸਤੇਮਾਲ ਕੀਤੇ ਨੇ। 875 ਅੰਕ ਦੇ ਉੱਪਰ ਹਿੰਦੂ ਪੂਜੇ ਦੇਹੋਰਾ, ਮੁਸਲਮਾਨ ਮਸੀਤ ਜੀ, ਨਾਮੇ ਸੋਈ ਸੇਵਿਆ ਜਹਿ ਦੇਹੋਰਾ ਨਾਮ ਮਸੀਤ। ਇੱਥੇ ਨਾਮੇ ਆਇਆ, ਨਾਮੇ ਦਾ ਮਤਲਬ ਹੈ ਕਿ ਇਹ ਨਾਮਦੇਵ ਨਹੀਂ ਹੋ, ਨਾਮੇ ਦਾ ਮਤਲਬ ਕਿ ਜਿਹੜੇ ਬੰਦੇ ਨਾਮ ਲੈਣ ਵਾਲੇ ਨੇ ਉਹ ਨਾ ਮੰਦਰ ਨੂੰ ਪੂਜਦੇ ਨੇ ਨਾ ਮਸੀਤ ਨੂੰ ਪੂਜਦੇ ਨੇ, ਉਹ ਰੱਬ ਦੇ ਉੱਪਰ ਵਿਸ਼ਵਾਸ ਕਰਦੇ ਨੇ। ਠੀਕ ਹੈ। ਕਿਸੇ ਉੱਪਰ ਵੀ ਵਿਸ਼ਵਾਸ ਨਹੀਂ ਕਰਦੇ, ਔਰ ਭਗਤ ਜੀ ਕਹਿੰਦੇ ਨੇ ਕਿ ਮੈਂ ਵੀ ਕਿਸੇ ਜੀ ਉੱਪਰ ਵਿਸ਼ਵਾਸ ਨਹੀਂ ਕਰਦਾ, ਮੈਂ ਸਿਰਫ ਰੱਬ ਦੀ ਸੇਵਾ ਕਰਦਾ ਹਾਂ ਜੀ। ਇੱਕ ਤਾਂ ਸਵਾਲ ਕਲੀਅਰ ਹੋ ਗਿਆ ਕਿ ਕਿ ਭਗਤ ਨਾਮਦੇਵ ਜੀ ਮੂਰਤੀ ਪੁਜਾਰੀ ਨਹੀਂ ਸਨ। ਠੀਕ ਹੈ। 485 ਅੰਕ ਦੇ ਉੱਪਰ ਆਸਾ ਬਾਣੀ ਸ਼੍ਰੀ ਭਗਤ ਨਾਮਦੇਵ ਜੀ ਕੀ, ਉਹਨਾਂ ਦੇ ਨਾਮਦੇਵ ਆ ਗਿਆ ਜੀ। ਏਕ ਅਨੇਕ ਵਿਆਪਕ ਪੂਰਕ ਜਤ ਦੇਖੋਂ ਤਤ ਸੋਈ, ਮਾਇਆ ਚਿੱਤਰ ਬਚਿੱਤਰ ਵਿਮੋਹਿਤ ਬਿਰਲਾ ਬੁਝੇ ਕੋਈ, ਸਭ ਗੋਬਿੰਦ ਹੈ ਸਭ ਗੋਬਿੰਦ ਹੈ, ਗੋਬਿੰਦ ਬਨ ਨਹੀਂ ਕੋਈ, ਸੂਤ ਏਕ ਮਨ ਸਾਹਤ ਸਹੰਸ ਜੈਸੇ ਓਤ ਪ੍ਰੋਤ ਪ੍ਰਭ ਸੋਈ, ਰਹਾਓ।
ਕਿ ਹਰ ਜਗ੍ਹਾ 'ਤੇ ਮੈਨੂੰ ਰੱਬ ਹੀ ਰੱਬ ਨਜ਼ਰ ਆਉਂਦਾ ਆ ਜੀ। ਜਿਸ ਤਰੀਕੇ ਨਾਲ ਇੱਕ ਮਾਲਾ ਦੇ ਵਿੱਚ ਹਜ਼ਾਰਾਂ ਮਣਕੇ ਨੇ, ਉਹ ਧਾਗਾ ਜਿਹੜਾ ਵਾ ਉਹ ਮਣਕਿਆਂ ਦੇ ਆਸੇ ਪਾਸੇ ਘੁੰਮਦਾ, ਇਸ ਤਰੀਕੇ ਨਾਲ ਰੱਬ ਜਿਹੜਾ ਵਾ ਉਹਦੀ ਪੂਰੀ ਦੀ ਪੂਰੀ ਦੁਨੀਆ ਰਚੀ ਹੋਈ ਹੈ, ਔਰ ਉਹ ਧਾਗੇ ਵਾਂਗੂ ਹਰ ਜਗ੍ਹਾ ਦੇ ਵਿੱਚ ਵਿਆਪਕ ਵਾ ਜੀ। ਜਲ ਤਰੰਗ ਅਫੇਨ ਬੁੱਧ ਬੁੱਧਾ ਜਲ 'ਤੇ ਭਿੰਨ ਨਾ ਹੋਈ, ਇਹ ਪ੍ਰਪੰਚ ਪਾਰ ਬ੍ਰਹਮ ਕੀ ਲੀਲਾ ਵਿਚਰਤ ਆਨ ਨਾ ਹੋਈ। ਕਿ ਜਿੱਦਾਂ ਸਮੁੰਦਰ ਦੇ ਵਿੱਚ ਉਹ ਤਰੰਗ ਉੱਠਦੀ ਆ ਉਹਦੇ ਵਿੱਚ ਹੀ ਸਮਾ ਜਾਂਦੀ ਆ, ਠੀਕ, ਬੁਲਬੁਲਾ ਉੱਠਦਾ ਆ ਉਹਦੇ ਵਿੱਚ ਹੀ ਪਾਣੀ ਦੇ ਸਮਾ ਜਾਂਦਾ ਵਾ, ਉਸ ਤਰੀਕੇ ਨਾਲ ਹਰ ਚੀਜ਼ ਰੱਬ ਦੇ ਵਿੱਚ ਹੀ ਸਮਾਈ ਹੋਈ ਆ, ਰੱਬ ਹਰ ਜਗ੍ਹਾ 'ਤੇ ਆ, ਠੀਕ। ਮਿਥਿਆ ਭਰਮ ਅਰ ਸਪਨ ਮਨੋਰਥ ਸਤ ਪਦਾਰਥ ਜਾਣਿਆ, ਸੁਕ੍ਰਿਤ ਮਨ ਸਾ ਗੁਰ ਉਪਦੇਸ਼ੀ ਜਾਗਤ ਹੀ ਮਨ ਮਾਨਿਆ, ਕਹਿ ਨਾਮ ਦਿਓ ਹਰ ਕੀ ਰਚਨਾ ਜੀ, ਦੇਖੇ ਹਿਰਦੇ ਵਿਚਾਰੀ ਘੱਟ ਘੱਟ ਅੰਤਰ ਸਭ ਨਿਰੰਤਰ ਏਵਲ ਇੱਕ ਮੁਰਾਰੀ। ਹਰ ਜਗ੍ਹਾ 'ਤੇ ਉੱਪਰ ਹੈ, ਇਹਦਾ ਮਤਲਬ ਹੈ ਕਿ ਭਗਤ ਜੀਵ ਜੀ ਇਹ ਨਹੀਂ ਸੀ ਮੰਨਦੇ ਕਿ ਰੱਬ ਜਿਹੜਾ ਵਾ ਸਿਰਫ ਮੰਦਰ ਦੇ ਵਿੱਚ ਹੀ ਆ, ਅਤੇ ਮੈਂ ਜਾ ਕੇ ਮੰਦਰ ਵਿੱਚ ਜਾ ਕੇ ਹੀ ਪੂਜਾ ਕਰਨੀ ਆ ਜੀ। ਆਸਾ ਆਨੀਲੇ ਕੁੰਭ ਭਰਾਈਲੇ ਉਦਕ ਠਾਕੁਰ ਕਹੋ ਇਸ਼ਨਾਨ ਕਰੂੰ, ਸਿੰਘ ਪਰਾਉਂਦਾ ਆ। ਬਯਾਲੀ ਰਖ ਜਲ ਜੀਵੇਂ ਹੋਤੇ ਬੀਠਲ ਪਹਿਲਾ ਕਾਇ ਕਰੋ, ਜਤਰ ਜਾਓ ਤਤ ਬੀਠਲ ਬੈਠਲਾ ਮਹਾਂ ਆਨੰਦ ਕਰੇ ਸਦ ਕੈਲਾ ਰਹਾਓ। ਕਹਿੰਦਾ ਮੈਨੂੰ ਜਿੱਥੇ ਵੀ ਮੈਂ ਦੇਖਦਾ ਵਾ ਮੈਨੂੰ ਉੱਥੇ ਬੀਠਲ ਹੀ ਨਜ਼ਰ ਆਉਂਦਾ ਵਾ, ਮੈਨੂੰ ਆਪਣਾ ਰੱਬ ਹੀ ਨਜ਼ਰ ਆ ਰਿਹਾ ਵਾ, ਹਰ ਚੀਜ਼ 'ਚ ਬੈਠਾ ਉਹ ਆਨੰਦ ਮਾਣ ਰਿਹਾ ਵਾ। ਕਹਿੰਦਾ ਜੇ ਅਸੀਂ ਸੋਚੀਏ ਕਿ ਮੈਂ ਸਵੱਛ ਪਾਣੀ ਲੈ ਕੇ ਮੈਂ ਰੱਬ ਦੀ ਮੂਰਤੀ ਦੀ ਦਾ ਇਸ਼ਨਾਨ ਕਰਾਵਾਂ, ਪਰ ਪਾਣੀ ਦੇ ਵਿੱਚ ਤਾਂ 42 ਲੱਖ ਜਲ ਦੇ ਵਿੱਚ ਉਹ ਜੀਵ ਪਹਿਲੇ ਰਹਿੰਦੇ ਨੇ, ਜਿਹਨਾਂ 'ਚ ਉਹ ਬੈਠਾ ਹੋਇਆ ਆਨੰਦ ਮਾਣ ਰਿਹਾ ਵਾ, ਉਹ ਇਸ਼ਨਾਨ ਕਰ ਰਿਹਾ ਵਾ, ਅਤੇ ਤੂੰ ਕਿੱਥੋਂ ਇਸ਼ਨਾਨ ਕਰਾ ਰਿਹਾ। ਆ ਨੀਲੇ ਫੂਲ ਪਰੋਈਲੇ ਮਾਲਾ ਠਾਕੁਰ ਕੀ ਹੂੰ ਪੂਜ ਕਰੋ, ਪਹਿਲੇ ਬਾਸ ਲਈ ਹੈ ਭਵਰੇ ਬੀਠਲ ਬਹਿਲਾ ਕਾਇ ਕਰੋ। ਕਹਿੰਦਾ ਕਿ ਮੈਂ ਸਾਫ ਫੁੱਲ ਚੁੱਕ ਕੇ ਲੈ ਕੇ ਆਇਆ ਵਾਂ ਵੀ ਇਹਦੇ ਨਾਲ ਮੈਂ ਮੂਰਤੀ ਨੂੰ ਚੜ੍ਹਾਵਾਂ। ਉਹ ਕਹਿੰਦਾ ਕਿ ਮੂਰਤੀ ਦੇ ਉਹ ਜਿਹੜਾ ਫੁੱਲ ਸੀਗਾ ਉਹ ਤਾਂ ਪਹਿਲਾਂ ਹੀ ਭਵਰੇ ਨੇ ਉਹਦੇ ਉੱਪਰ ਬਾਸ ਲਿੱਤੀ ਹੋਈ ਆ, ਉਹ ਰੱਬ ਉਸ ਭਵਰੇ 'ਚ ਬੈਠਾ ਹੋਰ ਤਾਂ ਪਹਿਲਾਂ ਹੀ ਲੈ ਚੁੱਕਾ ਆ, ਠੀਕ, ਤੂੰ ਕਿੱਥੋਂ ਦਵਾ ਦਵਾਉਣ ਲੱਗਾ ਆ। ਆ ਨੀਲੇ ਦੂਧ ਧਰਾ ਰਿਧਾਈਲੇ ਖੀਰਮ ਠਾਕੁਰ ਕਹੋ ਨੈ ਵੇਦ ਕਰੋ, ਪਹਿਲੇ ਦੂਧ ਬਿਟਾਰਿਓ ਬਛੜੇ ਬੀਠਲ ਪਹਿਲਾਂ ਕਾਇ ਕਰੋ। ਕਹਿੰਦਾ ਮੈਂ ਤੈਨੂੰ ਖੀਰ ਦੇਵਾਂ, ਕਹਿੰਦਾ ਉਹ ਖੀਰ ਤਾਂ ਸਾਫ਼ ਹੈ ਹੀ ਨਹੀਂ, ਉਹ ਦੁੱਧ ਜਿਹੜਾ ਤੂੰ ਦਿੱਤਾ ਆ ਉਹ ਦੁੱਧ ਨੂੰ ਤਾਂ ਪਹਿਲਾਂ ਹੀ ਬਛੜੇ ਨੇ ਚੁੰਘਿਆ ਹੋਇਆ ਵਾ, ਉਹ ਰੱਬ ਉਸ ਬਛੜੇ 'ਚ ਬੈਠਾ ਪਹਿਲੇ ਦੁੱਧ ਪੀ ਚੁੱਕਾ ਆ। ਈ ਬੈ ਬੀਠਲ ਉਹ ਬੈ ਬੀਠਲ ਬੀਠਲ ਬਿਨ ਸੰਸਾਰ ਨਹੀਂ, ਥਾਨ ਥਨੰਤਰ ਨਾਮਾ ਪ੍ਰਣਵੇ ਪੂਰ ਰਹੋ ਤੋ ਸਰਵ ਮਹੀ। ਹੁਣ ਅਸੀਂ ਦੇਖੋ ਇੱਥੇ ਨਾਮ ਥਾਨ ਥਨੰਤਰ ਨਾਮਾ ਪ੍ਰਣਵੇ, ਇੱਥੇ ਨਾਮਾ ਉਹਦੀ ਗੱਲ ਹੋਈ ਹੈ ਕਿ ਜਿਹੜਾ ਨਾਮ ਲੈਣ ਵਾਲਾ ਆ ਉਹਨੂੰ ਹਰ ਜਗ੍ਹਾ ਦੇ ਉੱਪਰ ਰੱਬ ਨਜ਼ਰ ਆਉਂਦਾ ਆ। ਕਹਿਣ ਦਾ ਮਤਲਬ ਇਹ ਹੈ ਕਿ ਜੇ ਕਿਤੇ ਭਗਤ ਜੀ ਮੂਰਤੀ ਪੂਜਕ ਹੁੰਦੇ ਉਹਨਾਂ ਦੀ ਬਾਣੀ ਪਹਿਲਾਂ ਹੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਾਖਲ ਹੀ ਨਹੀਂ ਸੀ ਹੋਣੀ, ਠੀਕ, ਕਿਉਂਕਿ ਸਿਧਾਂਤ ਦੇ ਉਲਟ ਜਾਂਦੀ ਸੀ, ਸਿਧਾਂਤ ਉਲਟ ਜਾਂਦੀ ਸੀ। ਇਹਦਾ ਮਤਲਬ ਇਹ ਹੈ ਕਿ ਜਿਹੜੇ ਭਗਤ ਨਾਮਦੇਵ ਸੀਗੇ ਉਹ ਨਾਮ ਮੰਦਰ ਜਾਂਦੇ ਸੀ, ਨਾ ਹੀ ਉਹ ਮੂਰਤੀ ਪੂਜਕ ਸੀ, ਉਹਨਾਂ ਨੂੰ ਗੁਰੂ ਨਾਨਕ ਵਾਂਗੂ ਘੱਟ ਘੱਟ ਮੈਂ ਹਰ ਜੂ ਬਸੈ ਸੰਤਨ ਕਿਹੋ ਪੁਕਾਰ, ਹਰ ਜਗ੍ਹਾ 'ਤੇ ਪ੍ਰਭ ਉਹਨਾਂ ਨੂੰ ਨਜ਼ਰ ਆਉਂਦਾ ਸੀ। ਇਸ ਵਾਸਤੇ ਇਹ ਜਿਹੜੀ ਕਹਾਣੀ ਪ੍ਰਚਲਿਤ ਕੀਤੀ ਗਈ ਆ ਜੀ, ਇਹ ਸਿਰਫ ਪੰਡਿਤਾਂ ਨੇ ਉਸ ਵੇਲੇ ਕਿ ਸਾਡੇ ਜਿਹੜਾ ਮੰਦਰ ਵਾ ਜੀ ਇਸ ਮੰਦਰ ਦੀ ਪੂਜਾ ਹੋਵੇ, ਲੋਕ ਆਉਣ ਚੜਾਵਾ ਚੜਾਉਣ ਤਾਂ ਕਿ ਸਾਡਾ ਇੱਥੇ ਪੈਸਾ ਬਣੇ, ਉਹ ਸਾਡੀ ਇੱਥੇ ਹਾਹਾ ਹੋਹੋ ਹੋਵੇ। ਪਰ ਜਿਹੜੀ ਦੁੱਖ ਦੀ ਗੱਲ ਜਿਹੜੀ ਇਹ ਆ ਉਹ ਇਹ ਹੈ ਕਿ ਅਸੀਂ ਸਿੱਖ ਜੋ ਕਿ ਇਸ ਚੀਜ਼ ਨੂੰ ਸਮਝਦੇ ਹਾਂ, ਔਰ ਸਮਝਣਾ ਚਾਹੀਦਾ ਅਸਲ ਦੇ ਵਿੱਚ, ਸਮਝਦੇ ਆ ਕਿ ਨਹੀਂ ਸਮਝਦੇ ਉਹ ਤਾਂ ਮੈਨੂੰ ਪਤਾ ਨਹੀਂ, ਪਰ ਜਿਹੜਾ ਸਾਨੂੰ ਸਮਝਣਾ ਚਾਹੀਦਾ ਸੀਗਾ, ਅਸੀਂ ਵੀ ਉਹ ਸਾਡੇ ਪ੍ਰਚਾਰਕ ਵੀ ਇਹੀ ਚੀਜ਼ ਪ੍ਰਚਾਰ ਰਹੇ ਨੇ ਕਿ ਮੈਂ ਜਾ ਕੇ ਦੇਖ ਕੇ ਆਇਆ ਵਾਂ ਕਿ ਮੰਦਰ ਘੁੰਮਿਆ ਹੋਇਆ ਵਾ। ਰਾਈਟ, ਸੋ ਹੁਣ ਇੱਥੇ ਸਵਾਲ ਇਹ ਖੜਾ ਹੁੰਦਾ ਡਾਕਟਰ ਸਾਹਿਬ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਸਮਝਦੇ ਹੋਏ ਵੀ ਨਾ ਸਮਝੀ ਜੋ ਕੀਤੀ ਜਾ ਰਹੀ ਹੈ, ਸਿਧਾਂਤ ਦੇ ਉਲਟ ਜੋ ਅੱਜ ਸਭ ਕੁਝ ਚੱਲ ਰਿਹਾ ਹੈਗਾ, ਇਸ ਦੇ ਵਿੱਚ ਜ਼ਿੰਮੇਵਾਰ ਕਿਸ ਨੂੰ ਠਹਿਰਾਇਆ ਜਾਵੇ? ਕਿਉਂਕਿ ਇੱਕ ਆਮ ਸਿੱਖ ਜੋ ਹੈ ਉਹ ਤਾਂ ਫੋਲੋ ਕਰਦਾ ਹੈ, ਜਦੋਂ ਗੁਰਦੁਆਰੇ ਜਾ ਰਿਹਾ ਉੱਥੇ ਐਸੀਆਂ ਸਾਖੀਆਂ ਸੁਣਾਈਆਂ ਜਾ ਰਹੀਆਂ ਨੇ ਜਾਂ ਇਹ ਮਿਰਕਲਸ ਅਚੰਭਵ ਜਿਹੜੇ ਹੈਗੇ ਨੇ ਇਹਨਾਂ ਨੂੰ ਪ੍ਰੋਪਗੇਟ ਕੀਤਾ ਜਾ ਰਿਹਾ, ਆਮ ਸਿੱਖ ਕੀ ਕਰ ਸਕਦਾ? ਆਮ ਸਿੱਖ ਜਿਹੜਾ ਵਾ ਉਹ ਹਰਪ੍ਰੀਤ ਸਿੰਘ ਜੀ, ਮੈਂ ਇਕੱਲਾ ਮੈਂ ਹੀ ਨਹੀਂ, ਮੇਰੇ ਵਰਗੇ ਹੋਰ ਵੀ ਬਥੇਰੇ ਬੰਦੇ ਹੈਗੇ ਨੇ ਜਿਹੜੇ ਕਈ ਵਾਰੀ ਪ੍ਰਚਾਰ ਕਰਦੇ ਨੇ ਔਰ ਕਹਿ ਰਹੇ ਨੇ ਕਿ ਅੱਜ ਕੱਲ੍ਹ ਦਾ ਜ਼ਮਾਨਾ ਉਹ ਆ ਗਿਆ ਵਾ ਜੀ ਕਿ ਇੰਟਰਨੈਟ ਦੇ ਉੱਪਰ ਵੀ ਬਹੁਤ ਪ੍ਰਚਾਰ ਹੋ ਰਿਹਾ ਵਾ ਜੀ, ਅਸੀਂ ਤੁਸੀਂ ਵੀ ਬਹੁਤ ਪ੍ਰਚਾਰ ਕਰ ਰਹੇ ਹਾਂ, ਤੁਸੀਂ ਖੁਦ
ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਕੇ ਉਹਦੇ ਉੱਪਰ ਵਿਚਾਰ ਕਰਕੇ ਆਪਣਾ ਮਨ ਬਣਾਓ ਕਿ ਜੋ ਸਾਨੂੰ ਪ੍ਰਚਾਰਕ ਦੱਸ ਰਹੇ ਨੇ ਉਹ ਸੱਚਾ ਹੈ ਕਿ ਉਹ ਸੱਚਾ ਨਹੀਂ ਹੋ ਰਾਈਟ ਔਰ ਕੀ ਉਹਦੇ ਵਿੱਚ ਸੱਚਾਈ ਕੀ ਹੈ ਪਰ ਇਹ ਸੱਚਾਈ ਤੱਕ ਪਹੁੰਚਣ ਲਈ ਡਾਕਟਰ ਸਾਹਿਬ ਜਿਹੜੀ ਤੁਸੀਂ ਗੱਲ ਕੀਤੀ ਕਿ ਪੜ੍ਹਨਾ ਪਏਗਾ ਹੁਣ ਜਿਸ ਤਰ੍ਹਾਂ ਤੁਸੀਂ ਇਹ ਅੱਜ ਜੋ ਦੇਖ ਰਹੇ ਹਾਂ ਅਸੀਂ ਜਿਸ ਤਰੀਕੇ ਨਾਲ ਸਮਾਜ ਵਿੱਚ ਜੋ ਕੁਝ ਚੱਲ ਰਿਹਾ ਹੈ ਆਸਥਾ ਦੇ ਉੱਤੇ ਜਦੋਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਜੀ ਇਹ ਆਸਥਾ 'ਤੇ ਅਟੈਕ ਹੋ ਰਿਹਾ ਫੇਥ ਜਿਹੜਾ ਉਸ ਨੂੰ ਤੁਸੀਂ ਖਰਾਬ ਕਰ ਰਹੇ ਹੋ ਇਹਦਾ ਆਲਟਰਨੇਟਿਵ ਵੀ ਦਿਓ ਇਹ ਗੱਲਾਂ ਜਿਹੜੀਆਂ ਆਉਂਦੀਆਂ ਨੇ ਇਹਦੇ ਬਾਰੇ ਮੈਂ ਚਾਹਾਂਗਾ ਤੁਹਾਡੇ ਕੀ ਵਿਚਾਰ ਨੇ ਲੈਣੇ ਇੱਕ ਛੋਟੀ ਜਿਹੀ ਬ੍ਰੇਕ ਵਾਪਸ ਆ ਕੇ ਹੋਰ ਜਾਣਕਾਰੀ ਲੈਂਦੇ ਹਾਂ ਕਿ ਇਹ ਜਿਹੜੇ ਮਿਰੇਕਲਸ ਜਿਨ੍ਹਾਂ ਦੀ ਕੋਈ ਥਾਂ ਨਹੀਂ ਸੀ ਸਿੱਖੀ ਦੇ ਵਿੱਚ ਲੇਕਿਨ ਅੱਜ ਸਾਡੇ ਘਰਾਂ 'ਚ ਵੀ ਵੜ ਚੁੱਕੇ ਨੇ ਅੱਜ ਅਸੀਂ ਮੂਰਤੀਆਂ ਨੂੰ ਤਾਂ ਨਹੀਂ ਪੂਜਦੇ ਪਰ ਕੀ ਅਸੀਂ ਤਸਵੀਰਾਂ ਲਾ ਕੇ ਉਹਨਾਂ ਦੇ ਅੱਗੇ ਜੋਤਾਂ ਨਹੀਂ ਲਾ ਰਹੇ ਕੀ ਅਸੀਂ ਇਹੋ ਜਿਹੀਆਂ ਚੀਜ਼ਾਂ ਜਿਨ੍ਹਾਂ ਤੋਂ ਵਰਜਿਤ ਕੀਤਾ ਗਿਆ ਕਿ ਉਹਨਾਂ ਨੂੰ ਅਸੀਂ ਪ੍ਰੋਪਗੇਟ ਨਹੀਂ ਕਰ ਰਹੇ ਇਹਨਾਂ ਬਾਰੇ ਵੀ ਚਰਚਾ ਕਰਨੀ ਇਸ ਛੋਟੀ ਜਿਹੀ ਬ੍ਰੇਕ ਤੋਂ ਕੀ ਤੁਸੀਂ ਕਰਜ਼ੇ ਦੇ ਬੋਝ ਹੇਠ ਦੱਬੇ ਹੋ ਸਮਝ ਨਹੀਂ ਆਉਂਦਾ ਕੀ ਕਰੋ ਫਾਈਨੈਂਸ਼ੀਅਲ ਪ੍ਰੋਬਲਮਸ ਤੁਹਾਡੀ ਫੈਮਿਲੀ ਲਾਈਫ ਦੇ ਉੱਤੇ ਮਾੜਾ ਅਸਰ ਪਾ ਸਕਦੀਆਂ ਹਨ ਜੇ ਤੁਸੀਂ ਇਸ ਮੁਸ਼ਕਲ 'ਚ ਹੋ ਤਾਂ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ ਅਸੀਂ ਤੁਹਾਡੇ ਕਰਜ਼ੇ ਨੂੰ ਵੱਧ ਤੋਂ ਵੱਧ ਕਢਾ ਕੇ ਰਹਿੰਦੀ ਰਕਮ ਨੂੰ ਇੰਟਰਸਟ ਫ੍ਰੀ ਕਿਸ਼ਤਾਂ 'ਚ ਬਦਲ ਸਕਦੇ ਹਾਂ ਅਸੀਂ ਤੁਹਾਨੂੰ ਕਰਜ਼ੇ ਤੋਂ ਮੁਕਤ ਕਰਾ ਕੇ ਨਵੀਂ ਜ਼ਿੰਦਗੀ ਜੀਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਾਂ 1-866-790-8984 ਬਿਜ਼ਨਸ ਸੋਲੂਸ਼ਨਸ ਤੁਹਾਡੀ ਪਰੇਸ਼ਾਨੀ ਵਿੱਚ ਤੁਹਾਡਾ ਸਾਥੀ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਇਸ ਰਿਲੀਜੀਅਸ ਸੈਗਮੈਂਟ ਵਿੱਚ ਮੇਰੇ ਨਾਲ ਸਾਥ ਦੇ ਰਹੇ ਨੇ ਡਾਕਟਰ ਕਾਲਾ ਸਿੰਘ ਜੋ ਅੱਜ ਅਸੀਂ ਮਿਰੇਕਲਸ ਦੀ ਗੱਲ ਕਰ ਰਹੇ ਹਾਂ ਭਗਤ ਨਾਮਦੇਵ ਜੀ ਦਾ ਸ਼ਬਦ ਜੋ ਡਾਕਟਰ ਸਾਹਿਬ ਨੇ ਸਾਨੂੰ ਐਕਸਪਲੇਨ ਕੀਤਾ ਹੈ ਕਿਉਂ ਨਹੀਂ ਅਸੀਂ ਸਮਝ ਸਕ ਰਹੇ ਜਿਹੜੀਆਂ ਚੀਜ਼ਾਂ ਤੋਂ ਵਰਜਿਤ ਕੀਤਾ ਗਿਆ ਕਿਉਂ ਸਾਡਾ ਫੇਥ ਜਿਹੜਾ ਹੈ ਉਹ ਜ਼ਿਆਦਾ ਸਟਰੋਂਗ ਇਹਨਾਂ ਚੀਜ਼ਾਂ 'ਚ ਹੁੰਦਾ ਜਾ ਰਿਹਾ ਸਿੱਖਇਜ਼ਮ ਜੋ ਕਿ ਇੱਕ ਵੇ ਆਫ ਲਾਈਫ ਸੀ ਕਿਉਂ ਖਤਮ ਹੋ ਕੇ ਕਿਸੇ ਹੋਰ ਪਾਸੇ ਨੂੰ ਹੀ ਤੁਰ ਰਹੇ ਹਾਂ ਆਓ ਇਸ ਬਾਰੇ ਕੁਝ ਹੋਰ ਚਰਚਾ ਕਰਦੇ ਹਾਂ ਜੀ ਡਾਕਟਰ ਸਾਹਿਬ ਸੋ ਕੀ ਕਾਰਨ ਕੀ ਤੁਸੀਂ ਸਮਝ ਰਹੇ ਹੋ ਕਿ ਇੱਕ ਆਮ ਸਿੱਖ ਜਿਹੜਾ ਹੈਗਾ ਹੋਰ ਗ੍ਰਸਤ ਹੁੰਦਾ ਜਾ ਰਿਹਾ ਹੈ ਉਹਨਾਂ ਚੀਜ਼ਾਂ ਵਿੱਚ ਜਿਹਦੇ 'ਚ ਕਿ ਗੁਰੂ ਨੇ ਸਾਨੂੰ ਕੱਢਿਆ ਸੀ ਸਿੱਖਇਜ਼ਮ ਦੀ ਨੀਂਹ ਜਿਹੜੀ ਸੀ ਉਹ ਸ਼ੁਰੂ ਹੋਈ ਸੀ ਵਾਏ ਤੋਂ ਕਿਉਂ ਲੇਕਿਨ ਅੱਜ ਉਹ ਕਿਉਂ ਜਿਹੜਾ ਉਹ ਖਤਮ ਹੁੰਦਾ ਜਾ ਰਿਹਾ ਹੈ ਅਤੇ ਫੇਥ ਦੇ ਉੱਤੇ ਜਦੋਂ ਤੁਸੀਂ ਐਸੀਆਂ ਗੱਲਾਂ ਕਰਦੇ ਹੋ ਕਈ ਲੋਕ ਇਹ ਕਹਿੰਦੇ ਨੇ ਇਹ ਫੇਥ ਨੂੰ ਖਤਮ ਕੀਤਾ ਜਾ ਰਿਹਾ ਜੀ ਇਹ ਇੱਕ ਸਾਡੀ ਜਿਹੜੀ ਆਸਥਾ ਇਹ ਖਤਮ ਕੀਤੀ ਜਾ ਰਹੀ ਹੈ ਇਸ ਮਤਲਬ ਤੁਸੀਂ ਕੀ ਕਹੋਗੇ ਇਹਦੇ ਬਾਰੇ ਹਰਪ੍ਰੀਤ ਸਿੰਘ ਜੀ ਇੱਦਾਂ ਹੈ ਕਿ ਮੈਨੂੰ ਵੀ ਕਿਸੇ ਨੇ ਇੱਕ ਵਾਰੀ ਇੱਕ ਆਪਣੇ ਬਜ਼ੁਰਗ ਹੈਗੇ ਨੇ ਮੈਨੂੰ ਉਹਨਾਂ ਨੇ ਇੱਕ ਪਾਰਟੀ 'ਤੇ ਇੱਕ ਵਾਰੀ ਫੜ ਲਿਆ ਜੀ ਅਤੇ ਮੈਨੂੰ ਕਹਿੰਦੇ ਕਿ ਡਾਕਟਰ ਸਾਹਿਬ ਤੁਹਾਨੂੰ ਅਸੀਂ ਸੁਣਦੇ ਹੁੰਦੇ ਹਾਂ ਜੀ ਅਤੇ ਤੁਹਾਡੇ ਵਿਚਾਰ ਸੁਣਦੇ ਹੁੰਦੇ ਹਾਂ ਅਤੇ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਜੇ ਮੇਰੇ ਵਿਚਾਰ ਨਹੀਂ ਹੋ ਉਹ ਤਾਂ ਗੁਰੂ ਦੇ ਵਿਚਾਰ ਨੇ ਉਹਨੂੰ ਅਸੀਂ ਪ੍ਰੋਪੇਗੇਟ ਹੀ ਕਰ ਰਹੇ ਨੇ ਅਤੇ ਕਹਿੰਦੇ ਜੀ ਨਹੀਂ ਜੀ ਸਾਨੂੰ ਤਾਂ ਲੱਗਦਾ ਕਿ ਤੁਸੀਂ ਬਹੁਤ ਨਾਸਤਕ ਹੋ ਗਏ ਹੋ ਵੀ ਇੰਨਾ ਨਾਸਤਕ ਹੋਣਾ ਵੀ ਚੰਗਾ ਨਹੀਂ ਜੀ ਅਤੇ ਹੁਣ ਉਹਨਾਂ ਨਾਲ ਮੇਰੀ ਜ਼ਿਆਦਾ ਗੱਲ ਹੋ ਨਹੀਂ ਸੀ ਸਕਦੀ ਕਿਉਂਕਿ ਪਾਰਟੀ ਦਾ ਮਾਹੌਲ ਸੀਗਾ ਰੇਡੀਓ ਉੱਚੇ ਉੱਚੇ ਗਾਣੇ ਗੁਣੇ ਲੱਗੇ ਹੋਏ ਸੀਗੇ ਅਤੇ ਗੱਲ ਹੋਈ ਨਹੀਂ ਕਹਿੰਦਾ ਮਤਲਬ ਕਿ ਅਸੀਂ ਜਿਹੜਾ ਗੁਰੂ ਸਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਜੀ ਬਾਣੀ ਦੇ ਬਾਰੇ ਕਈ ਵਾਰ ਅਸੀਂ ਕਹਿ ਦਿੰਦੇ ਕਿ ਬਾਣੀ ਬੜੀ ਸਰਲ ਹੈ ਉਹਨੂੰ ਬੜੇ ਆਸਾਨੀ ਨਾਲ ਪੜ੍ਹਿਆ ਜਾ ਸਕਦਾ ਵਾ ਸਮਝਿਆ ਜਾ ਸਕਦਾ ਵਾ ਅਸਲ 'ਚ ਇੰਨੀ ਬਾਣੀ ਜਿਹੜੀ ਭਗਤਾਂ ਦੀ ਸਪੈਸ਼ਲੀ ਜਿਹੜੀ ਬਾਣੀ ਆ ਜੀ ਉਹ ਇੰਨੀ ਸਰਲ ਨਹੀਂ ਹੋ ਰਾਈਟ ਔਰ ਉਹਨੂੰ ਸਮਝਣ ਦੇ ਵਾਸਤੇ ਹੁਣ ਜਿਹੜਾ ਇਹ ਸ਼ਬਦ ਹੈਗਾ ਵਾ ਜਿਹੜਾ ਅਸੀਂ ਸ਼ੁਰੂ ਤੋਂ ਕੀਤਾ ਸੀਗਾ ਜੀ ਹਸਤ ਖਿਲਤ ਤੇਰੇ ਦੋਹਰੇ ਆਇਆ ਇਹਦੇ ਮੈਂ ਵਿਆਖਿਆ ਕਰਦਾ ਵਾ ਅਸਲ ਦੇ ਵਿੱਚ ਕਿ ਭਗਤ ਜੀ ਕਹਿਣ ਦੀ ਕੋਸ਼ਿਸ਼ ਕੀ ਕਰ ਰਹੇ ਨੇ ਫਿਰ ਸਾਨੂੰ ਪਤਾ ਲੱਗੇਗਾ ਵੀ ਕਿਸ ਤਰ੍ਹਾਂ ਮਿਸਇੰਟਰਪ੍ਰੇਟ ਹੁੰਦੀ ਹੈ ਸਾਨੂੰ ਇਹ ਮਿਸਇੰਟਰਪ੍ਰੇਟ ਕਿੱਦਾਂ ਹੁੰਦੀ ਹੈ ਉਹਨੂੰ ਕਿੱਦਾਂ ਪੰਡਤਾਂ ਨੇ ਇਸਤੇਮਾਲ ਕੀਤਾ ਹੁਣ ਜਿਹੜਾ ਸ਼ਬਦ ਸੀਗਾ ਕਿ ਹਸਤ ਖਿਲਤ ਤੇਰੇ ਦੋਹਰੇ ਆਇਆ ਭਗਤ ਕਰਤ ਨਾਮਾ ਪਕੜ ਉਠਾਇਆ ਇਹਦੇ 'ਚ ਇਹ ਜਿਹੜਾ ਸ਼ਬਦ ਵਾ ਇਹ ਭਗਤ ਨਾਮਦੇਵ ਜੀ ਨਿਰੰਕਾਰ ਨੂੰ ਸੰਬੋਧਨ ਕਰ ਰਹੇ ਨੇ ਰੱਬ ਨੂੰ ਕਰ ਰਹੇ ਨੇ ਜੀ ਉਹ ਰੱਬ ਜਿਹੜਾ ਦਰਗਾਹ ਦੇ 'ਚ ਵਸਦਾ ਆ ਉਹ ਦਰਗਾਹ ਕਿਹੜੀ ਹੈ ਭਗਤ ਜੀ ਉਸ ਦਰਗਾਹ ਦੀ ਗੱਲ ਕਰ ਰਹੇ ਨੇ ਜਿਹੜੀ ਦਰਗਾਹ ਜਾਤ ਪਾਤ ਤੋਂ ਉੱਚੀ ਹੈ ਠੀਕ ਹੈ ਕਰਮ ਕਾਂਡਾਂ ਤੋਂ ਉੱਚੀ ਹੈ ਪਖੰਡਾਂ ਤੋਂ ਉੱਚੀ ਹੈ ਜੇ ਤਾਂ ਸਿਰਫ ਸ਼ੁਭ ਅਮਲਾਂ ਦੀ ਗੱਲ ਕੀਤੀ ਗਈ ਹੈ ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਜੋ ਦੋਨੋਂ ਰੋਈ ਜੀ ਹਨਾ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ ਰਹਿ ਨਹੀਂ ਰਹੇ ਉਹ ਸਿੱਖ ਮੇਰਾ ਉਹ ਸਾਹਿਬ ਮੈਂ ਉਸਕਾ ਚਿਹਰਾ ਇਹ ਉਸ ਰਹਿਤ ਰਹਿਣੀ ਦੀ ਉਹ ਸ਼ੁਭ ਅਮਲਾਂ ਦੀ ਗੱਲ ਕੀਤੀ ਗਈ ਹੈ ਇਹ ਉਸ ਦਰਗਾਹ ਦੀ ਗੱਲ ਕੀਤੀ ਗਈ ਹੈ ਜਿਹੜਾ ਰੱਬ ਮਨ ਦੇ ਵਿੱਚ ਵਸਦਾ ਹੈ ਠੀਕ ਘੱਟ ਘੱਟ ਮੈਂ ਹਰ ਜੋ ਬਸਿਆ ਸੰਤਨ ਕਿਹੋ ਪੁਕਾਰ ਇਹ ਉਸ ਮਨ ਦੀ ਗੱਲ ਕੀਤੀ ਗਈ ਹੈ ਉਹ ਮਨ ਦੀ ਦਰਗਾਹ ਦੀ ਗੱਲ ਕੀਤੀ ਗਈ ਹੈ ਜੀ ਮੈਂ ਭਗਤ ਹੱਸਦਾ ਖੇਲਦਾ ਤੇਰੇ ਮਨ ਦੇ ਦੁਆਰੇ 'ਚ ਆਇਆ ਕਿਉਂਕਿ ਮਨ ਦੇ ਵਿੱਚ ਹੀ ਸਾਨੂੰ ਉਹਦਾ ਉਪਦੇਸ਼ ਮਿਲਣਾ ਆ ਜੀ ਰੱਬ ਉਪਦੇਸ਼ ਹੈ ਉਪਦੇਸ਼ ਲੈਣ ਦੇ ਵਾਸਤੇ ਆਇਆ ਇੱਥੇ ਨਾਮਾ ਆ
ਜਿਹੜਾ ਨਾਮਾ ਲਫਜ ਵਾ ਪੂਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ 127 ਵਾਰੀ ਆਇਆ। ਠੀਕ ਹੈ, ਨਾਮ ਜੇ ਨਾਮ ਲੈਣ ਵਾਲੇ ਭਗਤ ਜੀ, ਜਿੱਥੇ ਭਗਤ ਜੀ ਨੇ ਨਾਮ ਦੇਵ ਨਾਮ ਦਿਓ ਲਿਖਿਆ ਵਾ, ਉਹ ਸਿਰਫ ਇਹ ਉਹ ਸਿਰਫ ਭਗਤ ਜੀ ਨੇ ਆਪਣੇ ਵਾਸਤੇ ਲਿਖਿਆ ਵਾ। ਹੁਣ ਇਸ ਸ਼ਬਦ ਦੇ ਵਿੱਚ ਨਾਮਾ ਦੋ ਵਾਰੀ ਆਇਆ ਵਾ ਇਸ ਸ਼ਬਦ ਦੇ ਵਿੱਚ। ਕਹਿੰਦੇ ਕਿ ਨਾਮ ਲੈਣ ਵਾਲੇ ਭਗਤ ਜਨ ਜਿਹੜੇ ਨੇ, ਕਹਿੰਦਾ ਮੈਂ ਨਾਮ ਲੈਣ ਵਾਲਾ ਭਗਤ ਤੇਰੇ ਦੇਰੇ 'ਤੇ ਆਇਆ, ਮਨ 'ਤੇ ਆਇਆ ਕਿ ਮੈਨੂੰ ਇਹ ਰੱਬ ਉਪਦੇਸ਼ ਦੇ। ਠੀਕ, ਤੂੰ ਰੱਬ ਨੇ ਮੇਰਾ ਬਾਂਹ ਪਕੜ ਕੇ ਭਗਤ ਕਰਤ ਨਾਮਾ ਪਕੜ ਉਠਾਇਆ, ਮੈਨੂੰ ਰੱਬ ਨੇ ਹੱਥ ਫੜ ਕੇ ਮੈਨੂੰ ਉਪਦੇਸ਼ ਦਿੱਤਾ ਔਰ ਮੈਨੂੰ ਉੱਪਰ ਚੁੱਕ ਦਿੱਤਾ ਜੀ। ਇਹਨੂੰ ਅਸੀਂ ਗਲਤ ਤਰੀਕੇ ਨਾਲ ਲੈ ਲਿਆ ਕਿ ਪਕੜ ਕੇ ਬਾਹਰ ਕੱਢ ਦਿੱਤਾ। ਰਾਈਟ, ਹੀਨੜੀ ਜਾਤ ਮੇਰੀ ਜਾਦਮ ਰਾਇਆ, ਛੀਪੇ ਕੇ ਜਨਮ ਕਾਹੇ ਕੋ ਆਇਆ। ਜਾਦਮ ਹਰ ਦਮ ਸਾਹ ਸਾਹ ਸਿਮਰਨ ਵਾਲਾ ਜੀ, ਹੁਣ ਜਦੋਂ ਮੇਰੇ ਸਵਾਸ ਸਵਾਸ ਦੇ ਵਿੱਚ ਜਾਦਮ ਦੇ ਵਿੱਚ ਤੇਰਾ ਉਪਦੇਸ਼ ਸਮਾ ਗਿਆ, ਮੇਰੀ ਜਾਤ ਹੀਨੜੀ ਜਾਤ ਜੀ, ਛਿਪੀ ਵਾਲੀ ਜਾਤ ਨਹੀਂ, ਮੇਰੀ ਜਿਹੜੀ ਹੀਨੜੀ ਜਾਤ, ਮੇਰਾ ਮਨ ਜਿਹੜਾ ਸੀ ਨੀਵਾਂ, ਜਿਹੜਾ ਮੇਰਾ ਮਨ ਸੀਗਾ ਉਹ ਨੀਵਾਂ ਹੋ ਗਿਆ ਜੀ, ਕਿਉਂਕਿ ਉਹਦੇ ਵਿੱਚ ਈਗੋ ਖਤਮ ਹੋ ਗਈ, ਕਿਉਂਕਿ ਉਹਦੇ ਵਿੱਚ ਉੱਤੀ ਉੱਚੀ ਮੱਤ ਆ ਗਈ। ਠੀਕ, ਈਗੋ ਖਤਮ ਹੋ ਗਈ ਤਾਂ ਜਿਹੜਾ ਮਨ ਸੀ ਜਿਹੜਾ ਮੇਰਾ ਉਹ ਨੀਵਾਂ ਹੋ ਗਿਆ ਤੇਰੀ ਉਪਦੇਸ਼ ਲੈ ਕੇ। ਰਾਈਟ, ਛੀਪੇ ਕੇ ਜਨਮ ਕਾਹੇ ਕੋ ਆਇਆ, ਹੁਣ ਮੈਂ ਛੀਪੇ ਕੇ ਜਨਮ ਆਤਮਕ ਮੌਤੇ ਨਹੀਂ ਮਰਦਾ। ਰਾਈਟ, ਹੁਣ ਮੈਂ ਆਤਮਕ ਮੌਤੇ ਨਹੀਂ ਕਦੇ ਵੀ ਮਰਦਾ, ਹੁਣ ਮੈਂ ਹਮੇਸ਼ਾ ਵਾਸਤੇ ਜ਼ਿੰਦਾ ਹੋ ਗਿਆ ਵਾਂ। ਲੈ ਕਮਲੀ ਚੱਲਿਓ ਪਲਟਾਏ, ਦੇਹੁਰੇ ਪਾਛੇ ਬੈਠਾ ਜਾਏ। ਠੀਕ, ਜਦੋਂ ਜਦੋਂ ਅਸੀਂ ਸਾਡਾ ਮਨ ਕਮਲੀ, ਅਸੀਂ ਕਦੇ ਕਹਿ ਜਾਣਾ ਤੇਰੀ ਮੱਤ ਕਮਲੀ ਹੋ ਗਈ ਆ, ਠੀਕ, ਪੁੱਠੇ ਕਰਮ ਕਰਮ ਕੰਮ ਕਰਨ ਡਿਆ ਆ, ਕਮਲੀ ਮੱਤ, ਠੀਕ, ਇਹ ਕੰਬੜ ਨਹੀਂ ਕਮਲੀ, ਠੀਕ, ਕਮਲੀ। ਜਦੋਂ ਜਦੋਂ ਅਸੀਂ ਆਪਣੇ ਕਮਲੀ ਮੱਤ ਲੈ ਕੇ ਮਨਮੁੱਖ ਹੋ ਕੇ ਅਸੀਂ ਆਪਣੇ ਮਨ ਨੂੰ ਪਲਟਾਉਣ ਦੀ ਕੋਸ਼ਿਸ਼ ਕਰਦੇ ਹਾਂ ਜੀ, ਦੇਹੁਰੇ ਪਾਛੇ ਬੈਠਾ ਜਾਏ, ਉਦੋਂ ਉਦੋਂ ਜਿਹੜਾ ਮੇਰਾ ਮਨ ਵਾ ਉਹ ਰੱਬ ਦੀ ਦਰਗਾਹ ਤੋਂ ਪਿੱਛੇ ਹੋ ਜਾਂਦਾ ਆ। ਠੀਕ, ਇੰਨੀ ਕੁ ਮੈਨੂੰ ਕੱਢ ਕੇ ਬਾਹਰ ਕੱਢਤਾ ਤਾਂ ਮੈਂ ਕੰਬੜ ਲੈ ਕੇ ਮੰਦਰ ਦੇ ਪਿੱਛੇ ਜਾ ਕੇ ਬਹਿ ਗਿਆ, ਉਦੋਂ ਉਦੋਂ ਮੇਰੀ ਜਿਹੜਾ ਮਨ ਵਾ ਉਹ ਰੱਬ ਦੀ ਦਰਗਾਹ ਤੋਂ ਪਿੱਛੇ ਹੋ ਜਾਂਦਾ ਵਾ, ਪਿੱਠ ਪਿੱਛੇ ਕਰ ਲੈਂਦਾ ਆ। ਰਾਈਟ, ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਜਦੋਂ ਜਦੋਂ ਨਾਮ, ਹੁਣ ਨਾਮਾ ਦੋ ਵਾਰੀ ਆ ਗਿਆ, ਇੱਕ ਨਾਮਾ ਪਹਿਲਾਂ ਵੀ ਆਇਆ, ਨਾਮਾ ਦੂਜਾ ਆਇਆ, ਜਦੋਂ ਜਦੋਂ ਨਾਮ ਲੈਣ ਵਾਲੇ ਬੰਦੇ ਭਗਤ ਜਨ ਉਸਦਾ ਉਪਦੇਸ਼ ਗ੍ਰਹਿਣ ਕਰਦੇ ਨੇ, ਭਗਤ ਜਨਾ ਕੋ ਦੇਹਰਾ, ਫਿਰ ਇੱਥੇ ਜਨਾ ਆ, ਜਨ ਨਹੀਂ ਹੋ, ਜਨਾ ਇਜ਼ ਪਲੂਰਲ, ਬਹੁ ਬਚਨ ਵਾ, ਜੇ ਇਹ ਭਗਤ ਨਾਮਦੇਵ ਦੇ ਬਾਰੇ ਹੁੰਦੀ ਤਾਂ ਫਿਰ ਜਨਾ ਨਹੀਂ ਸੀ ਹੋਣਾ, ਭਗਤ ਨਾਮਦੇਵ ਤਾਂ ਇੱਕੋ ਹੀ ਇੱਕ, ਹੈਨਾ, ਕਿ ਜਦੋਂ ਜਦੋਂ ਉਹ ਭਗਤ ਜਨ ਤੇਰਾ ਉਪਦੇਸ਼ ਲੈ ਕੇ ਆਪਣਾ ਮਤ ਨੂੰ ਬਦਲਦੇ ਨੇ, ਇੱਥੇ ਇੱਕ ਲਫ਼ਜ਼ ਹੋਰ ਆ, ਭਗਤ ਜਨਾ ਕੋ ਦੇਹਰਾ ਫਿਰੈ, ਘੁੰਮੈ ਨਹੀਂ ਹੋ, ਮਤ ਫਿਰਦੀ ਆ, ਠੀਕ, ਬਿਲਡਿੰਗ ਫਿਰਦੀ ਨਹੀਂ ਹੋ, ਬਿਲਡਿੰਗ ਘੁੰਮਦੀ ਆ, ਇੱਥੇ ਫਿਰੇ ਆ, ਕਿ ਜਦੋਂ ਜਦੋਂ ਭਗਤ ਜਨ ਤੇਰਾ ਉਪਦੇਸ਼ ਲੈਂਦੇ ਨੇ ਉਦੋਂ ਉਦੋਂ ਉਹਨਾਂ ਦਾ ਮਨ ਜਿਹੜੇ ਮਤ ਦੇ ਵਿੱਚ ਪਰਿਵਰਤਨ ਆ ਜਾਂਦਾ ਆ, ਉਹ ਰੱਬ ਉਹਨਾਂ ਦੇ ਕੋਲ ਨੇੜੇ ਆ ਜਾਂਦਾ ਆ। ਰਾਈਟ, ਨਾਮਦੇਵ ਜੀ ਦੀ ਵਿਚਾਰਧਾਰਾ ਬਦਲ ਗਈ, ਤਾਂ ਉਹਨਾਂ ਦਾ ਜਿਹੜਾ ਮਨ ਸੀਗਾ ਉਹ ਕਰਮ ਕੰਡ ਜੀਵਨ ਤੋਂ ਮੁਕਤ ਹੋ ਗਿਆ। ਠੀਕ, ਪਰ ਪੰਡਤਾਂ ਨੇ ਆਪਣਾ ਆਪਣੇ ਮਤ ਨਹੀਂ ਬਦਲੀ। ਰਾਈਟ, ਅਤੇ ਉਹਨਾਂ ਦੇ ਵੱਲ ਉਹਦਾ ਦੇਹੁਰਾ ਜਿਹੜਾ ਸੀਗਾ, ਜਿਹੜਾ 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 ਮਨ ਸੀਗਾ ਰੱਬ ਦਾ ਜਿਹੜਾ ਮਨ ਸੀਗਾ ਉਹ ਉਹਨਾਂ ਦੇ ਵੱਲ ਪਿੱਠ ਹੀ ਰਹੀ। ਠੀਕ, ਨਾ ਕਿ ਮੰਦਰ ਦੀ ਪਿੱਠ। ਰਾਈਟ, ਹੁਣ ਇਹ ਸ਼ਬਦ ਇੱਕ ਹੋਰ ਹੁੰਦਾ ਵਾ ਭਗਤ ਨਾਮਦੇਵ ਜੀ ਦਾ 1292 ਅੰਕ ਉੱਪਰ, ਮੌਕੋ ਤੂੰ ਨਾ ਵਿਸਾਰ, ਤੂੰ ਨਾ ਵਿਸਾਰ, ਤੂੰ ਨਾ ਵਿਸਾਰੇ ਰਾਮਈਆ ਰਹਾਓ, ਕਿ ਤੂੰ ਨਾ ਮੈਨੂੰ ਵਿਸਾਰੀ। ਆਲਾਵੰਤੀ ਇਹ ਪਰਮ ਜੋ ਹੈ ਮੁਝ ਉੱਪਰ ਸਭ ਕੋ ਪਿਲਾ, ਸੂਦ ਸੂਦ ਕਰ ਮਾਰ ਉਠਾਇਓ, ਕਹਾਂ ਕਰੋ ਬਾਪ ਬੀਠਲਾ, ਮੂਹੇ ਹੋਏ ਜੋ ਮੁਕਤ ਦੇਹੋਗੇ, ਮੁਕਤ ਨਾ ਜਾਣੇ ਕੋਈ ਨਾ। ਕਹਿੰਦਾ ਮੈਂ ਤਾਂ ਹੁਣੇ ਮੁਕਤ ਚਾਹੀਦੀ ਆ, ਇਹ ਪੰਡੀਆ ਮੁਕੋ ਢੇਡ ਕਹਿਤ, ਤੇਰੀ ਪੈਜ ਪਛਾਉ ਪਛਾਉਡੀ ਹੋਏਲਾ, ਇਹ ਪੰਡਿਤ ਮੈਨੂੰ ਢੇਡ ਕਹਿ ਰਹੇ ਨੇ, ਸਿਰਫ ਢੇਡ ਇਹ ਨੇ, ਕਿਉਂਕਿ ਇਹ ਤੇਰੀ ਉਪਦੇਸ਼ ਨੂੰ ਨਹੀਂ ਜਾਣਦੇ। ਤੂੰ ਜੋ ਦਿਆਲ ਕਿਰਪਾਲ ਕਹੀਅਤ ਹੈ, ਉਤ ਪੁੱਜ ਪਿਓ ਅਪਾਰਲਾ,
ਫਿਰ ਅਧਿਆ ਦੇਹੋਰਾ ਨਾਮੇ ਕੋ ਜਿਹੜੇ ਨਾਮ ਲੈਣ ਵਾਲੇ ਸੀਗੇ ਉਹਨਾਂ ਵੱਲ ਤੇਰਾ ਦੇਹੋਰਾ ਹੋ ਗਿਆ, ਪੰਡੀਆਂ ਨੂੰ ਕੋ ਪਿਛਵਾੜ ਲਾ, ਪੰਡੇ ਪੰਡਾਂ ਦਾ ਦੇ ਵਾਸਤੇ ਹਾਲੇ ਤੱਕ ਤੇਰਾ ਪਿਛੜਾ ਹੀ ਆ, ਤੇਰੀ ਪੇਠੀ ਹੀ ਆ, ਕਿਉਂਕਿ ਉਹਨਾਂ ਨੇ ਆਪਣਾ ਜੀਵਨ ਨਹੀਂ ਬਦਲਿਆ। ਐਬਸੋਲੂਟਲੀ। ਹੁਣ ਇਸ ਨੂੰ ਇਸ ਤਿੱਕ ਨੂੰ ਜਦੋਂ ਦੇਖਿਆ ਜਾਏ ਤਾਂ ਇਹਦਾ ਮਤਲਬ ਬਿਲਕੁਲ ਹੀ ਅਲੱਗ ਹੋ ਗਿਆ। ਪਰ ਭਗਤ ਜਹਾਂ ਦੀ ਜਿਹੜੀ ਬਾਣੀ ਆ ਉਹ ਇੰਨੀ ਇਹ ਮੈਂ ਕਹਾਂਗਾ ਮੁਸ਼ਕਿਲ ਵਾ, ਡੀਪਲੀ ਤੁਹਾਨੂੰ ਉਹਨੂੰ ਸਟੱਡੀ ਕਰਨੀ ਪੈਂਦੀ। ਹਾਂਜੀ। ਪਰ ਸਮੱਸਿਆ ਇਹ ਡਾਕਟਰ ਸਾਹਿਬ ਕਿ ਭਗਤ ਨਾਮਦੇਵ ਵੀ ਅੱਜ ਅਸੀਂ ਮੂਰਤੀ ਬਣਾ ਕੇ ਸਥਾਪਿਤ ਕਰ ਦਿੱਤੀ, ਹੈਰਾਨੀ ਦੀ ਗੱਲ ਇਹ ਕਿ ਉਹ ਭਗਤ ਨਾਮਦੇਵ ਜਿਹੜੇ ਕਿ ਇਸਦੇ ਉਲਟ ਬੋਲਦੇ ਰਹੇ, ਅੱਜ ਉਹਨਾਂ ਨੂੰ ਹੀ ਅਸੀਂ ਇੱਕ ਮੂਰਤੀ ਬਣਾ ਕੇ ਛੱਡ, ਅਸੀਂ ਹੋਰ ਮੂਰਤੀ ਬਣਾ ਕੇ ਛੱਡ ਦਿੱਤਾ ਆ। ਹੁਣ ਅਗਰ ਇਸੇ ਚੀਜ਼ ਨੂੰ ਅੱਗੇ ਹੋਰ ਦੇਖੀਏ ਅਸੀਂ ਕਿ ਜਦੋਂ ਸਟਾਰਟਿੰਗ ਵਿੱਚ ਕਿਹਾ ਵਾ ਕਿ ਗੁਰੂ ਨਾਨਕ ਦੇਵ ਜੀ ਨੇ ਮੱਕਾ ਘੁਮਾ ਦਿੱਤਾ, ਰਾਈਟ, ਹੈ ਨਾ। ਹੁਣ ਉਹ ਸੀਮਿੰਟ ਦਾ ਬਣਿਆ ਹੋਇਆ ਦਾ ਬਿਲਡਿੰਗ ਤਾਂ ਘੁੰਮ ਨਹੀਂ ਸਕਦੀ, ਜੀ ਜੀ, ਹੈ ਨਾ। ਜਿਹੜਾ ਮਤਲਬ ਸੀਗਾ ਕਿ ਉਹਨਾਂ ਨੇ ਇਸ ਤਰੀਕੇ ਦੇ ਨਾਲ ਕਾਜ਼ੀਆਂ ਨੂੰ ਉੱਥੇ ਜਾ ਕੇ ਉਪਦੇਸ਼ ਦਿੱਤਾ ਜੀ ਕਿ ਉਹਨਾਂ ਕਾਜ਼ੀਆਂ ਦੀ ਉਸ ਵਕਤ ਜਿਹੜੀ ਵਿਚਾਰਧਾਰਾ ਸੀਗੀ ਉਹਨਾਂ ਨੇ ਉਹ ਬਦਲ ਦਿੱਤੀ, ਰਾਈਟ। ਔਰ ਉਹਨਾਂ ਨੂੰ ਪਤਾ ਲੱਗ ਗਿਆ ਕਿ ਜਿਹੜਾ ਰੱਬ ਵਾ ਉਹ ਜਿਹੜਾ ਅੱਲਾ ਵਾ ਉਹ ਚਾਰੋਂ ਪਾਸੇ ਆ, ਹਰ ਜਗ੍ਹਾ 'ਤੇ ਆ, ਹਰ ਚੀਜ਼ ਦੇ ਵਿੱਚ ਵਾ, ਨਾ ਕਿ ਇੱਕ ਪਾਸੇ ਇਸ ਪਾਸੇ। ਪਰ ਅਸੀਂ ਉਸ ਚੀਜ਼ ਨੂੰ ਜਦੋਂ ਗੱਲ ਕਰੀਏ ਤਾਂ ਲੋਕ ਇਹ ਕਹਿੰਦੇ ਨੇ ਕਿ ਡਾਕਟਰ ਸਾਹਿਬ ਤੁਸੀਂ ਬੜੇ ਨਾਸਤਿਕ ਬਣਦੇ ਪਏ ਹੋ ਅਤੇ ਤੁਸੀਂ ਸਾਡੇ ਤਾਂ ਧਰਮ ਦੇ ਮਤਲਬ ਕਿ ਫੇਥ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਨਹੀਂ, ਇਹ ਧਰਮ ਨੂੰ ਨੂੰ ਖਤਮ ਕਰਨ ਦੀ, ਫੇਥ ਨੂੰ ਖਤਮ ਕਰਨ ਦੀ ਗੱਲ ਨਹੀਂ ਇਹ ਕਿ ਤੁਸੀਂ ਜੇ, ਕਿਉਂਕਿ ਸ਼ੁਰੂ ਤੋਂ ਗੁਰੂ ਨਾਨਕ ਦੇਵ ਜੀ ਜਦੋਂ ਸਿੱਧਾਂ ਦੇ ਕੋਲ ਗਏ ਨੇ, ਜਦੋਂ ਸਿੱਧਾਂ ਨੇ ਉਹਨਾਂ ਨੂੰ ਬੜੇ ਆਪਣੇ ਭਿਆਨਕ ਰੂਪ ਵਗੈਰਾ ਵੀ ਦਿਖਾਏ ਨੇ, ਹੈ ਨਾ, ਅਤੇ ਉਸ ਵਕਤ ਉਹਨਾਂ ਨੇ ਕਿਹਾ ਵੀ ਤੁਸੀਂ ਵੀ ਕੁਝ ਦਿਖਾਓ, ਤਾਂ ਗੁਰੂ ਨਾਨਕ ਨੇ ਉਸ ਵੇਲੇ ਕਹਿਤਾ ਸੀਗਾ ਜੀ ਕਿ ਮੇਰੀ ਤਾਂ ਜਿਹੜੀ ਆਸਥਾ ਆ ਸਿਰਫ ਇੱਕ ਰੱਬ ਦੇ ਉੱਪਰ ਆ, ਸ਼ਬਦ ਦੇ ਉੱਪਰ ਆ, ਮੇਰਾ ਸ਼ਬਦ ਹੀ ਸਾਡਾ ਗੁਰੂ ਹੈਗਾ, ਨਾ ਕਿ ਕੋਈ ਹੋਰ ਸਾਡੀ ਚੀਜ਼, ਨਾ ਕਿ ਇਹ ਰਿਧੀਆਂ ਸਿੱਧੀਆਂ। ਐਬਸੋਲੂਟਲੀ। ਹਾਂਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਰਿੱਧੀ ਸਿੱਧੀਆਂ ਦੇ ਸੰਬੰਧ ਵਿੱਚ ਜਿਹੜਾ ਤੁਸੀਂ ਸ਼ਬਦ ਲੈ ਕੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਹੈ, ਅਸਲ ਵਿੱਚ ਤਾਂ ਗੁਰਬਾਣੀ ਸਾਨੂੰ ਜੋੜਦੀ ਹੈ, ਸਾਡੇ ਮਤ ਵਿੱਚ ਪਰਿਵਰਤਨ ਲਿਆਉਣ ਦੀ ਗੱਲ ਕਰਦੀ ਹੈ, ਨਾ ਕਿ ਸਰੀਰ ਨਾਲ ਕੋਈ ਸੰਬੰਧਿਤ ਕੋਈ ਚੀਜ਼ ਕਰਦੀ ਹੈ। ਲੇਕਿਨ ਅਫਸੋਸ ਕਿ ਅੱਜ ਅਸੀਂ ਇਹਨਾਂ ਚੀਜ਼ਾਂ 'ਚ ਫਸਦੇ ਜਾ ਰਹੇ ਹਾਂ। ਆਸ ਕਰਦੇ ਹਾਂ ਕਿ ਐਸੀ ਟੋਕਸ ਨਾਲ ਲੋਕਾਂ ਦੇ ਵਿੱਚ ਹੋਰ ਸੁਹਿਰਤਾ ਵਧੇਗੀ ਅਤੇ ਅਸੀਂ ਗੁਰਬਾਣੀ ਦਾ ਸਹੀ ਮੈਸੇਜ ਜੋ ਹੈ ਸਮਝ ਸਕਾਂਗੇ। ਤੁਹਾਡਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਦੇ ਨਾਲ ਹੀ ਕਰਦੇ ਹਾਂ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ। ਬਹੁਤ ਹੀ ਇੰਪੋਰਟੈਂਟ ਟੋਪਿਕ ਜੋ ਭਾਈ ਸਾਹਿਬ ਨੇ ਅੱਜ ਟੱਚ ਕੀਤਾ ਹੈਗਾ, ਜ਼ਰੂਰਤ ਹੈ ਮਤ ਵਿੱਚ ਪਰਿਵਰਤਨ ਲਿਆਉਣ ਦੀ। ਗੁਰਬਾਣੀ ਦੇ ਵਿੱਚ ਜੋ ਇਹ ਸ਼ਬਦ ਅਸੀਂ ਸਰਵਣ ਕੀਤਾ ਹੈਗਾ, ਉਸ ਵਿੱਚ ਭਗਤ ਨਾਮਦੇਵ ਜੀ ਨੇ ਮੰਦਰ ਨਹੀਂ ਘੁਮਾ ਦਿੱਤਾ ਸੀ, ਉਹਨਾਂ ਦੀ ਮਤ ਜੋ ਹੈ ਉਸ ਦੇ ਬਾਰੇ ਉਹ ਜ਼ਿਕਰ ਕਰ ਰਹੇ ਨੇ ਕਿ ਜੇਕਰ ਅਸੀਂ ਸਹੀ ਰਸਤੇ 'ਤੇ ਤੁਰਾਂਗੇ ਤਾਂ ਸਾਡੀ ਮਤ ਵਿੱਚ ਪਰਿਵਰਤਨ ਆਏਗਾ, ਅਸੀਂ ਤੇਰ ਮੇਰ ਦੇ ਉਸ ਚੀਜ਼ 'ਚੋਂ ਬਾਹਰ ਨਿਕਲ ਜਾਵਾਂਗੇ, ਉਸ ਸੰਕਲਪ 'ਚੋਂ ਬਾਹਰ ਨਿਕਲ ਕੇ ਅਸੀਂ ਇੱਕ ਚੰਗਾ ਜੀਵਨ ਜੋ ਹੈ ਉਸਨੂੰ ਬਤੀਤ ਕਰਾਂਗੇ। ਤੁਹਾਡੇ ਕੋਲ ਵੀ ਕੋਈ ਟੋਪਿਕ ਹੋਏ ਜਿਸ ਦੇ ਬਾਰੇ ਤੁਸੀਂ ਡਿਸਕਸ਼ਨ ਕਰਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਜ਼ਰੂਰ ਸੰਪਰਕ ਕਰਨਾ 604-603-7555। ਲੈਣਾ ਆ ਗਿਆ, ਫਿਰ ਮੁਲਾਕਾਤ ਕਰਾਂਗੇ, ਤਦ ਤੱਕ।